होशियारपुर विच दो बच्चों की मां नूं गुआंढ विच रहिंदे मूंह बोले भरा वालों गला दबा के मार दिता गया अते फिर उसकी लाश नूं पेटी विच बंद कर दिता। दोषी दे भरा ने इस संबंधी लड़की दे परिवार नूं सूचित किया जिस मगरों उसकी लाश नूं पेटी विचों बाहर कढ़िया गया। होशियारपुर के ब्लाक उड़मुड टांडा अधीन पैंदे पिंड बोदल कोटली विखे एक 25 साल की बेहोता औरत नूं गुआंढ विच रहिंदे मूंह बोले भरा ने चिट्टे दिन गला दबा के कतल कर दिता अते फिर उसकी लाश नूं पेटी विच छुपा दिता। दोषी नौजवान दे भरा ने इस सारी घटना का खुलासा किया। जो लड़की की लाश नूं पेटी विचों बाहर कढ़िया गया तो उसके हाथ बन्ने हुए सन। मुलजम नशे का आदि दस्या जा रहा है अते वह मृतक लड़की ज्योति का मोबाइल फोन भी लैके फरार हो गया। ਹੋਇਆ ਕੁਛ ਨੀ ਸੀਗਾ ਜਿਦਾ ਮੈਂ ਬਿਮਾਰ ਹਾਂ ਬਹੁਤ ਜ਼ਿਆਦਾ ਮੈਂ ਮੰਜੇ ਤੇ ਰਹਿਣਾ ਪਿਆ ਮੈਂ ਪਰਲੇ ਅੰਦਰ ਸੀਗਾ ਲੰਮਾ ਪਿਆ ਆ ਤੇ ਜਦੋਂ ਮੈਨੂੰ ਆਵਾਜ਼ ਉਦਾਂ ਸੁਣੀ ਸੀ ਚੀਕਾਂ ਦੀ ਚੀਕਲੀ ਆਵਾਜ਼ ਸੁਣੀ ਸੀ ਕਿਉਂਕਿ ਸਾਡੀ ਆ ਗੁਆਂਢਣ ਵੀ ਰੋਜ਼ ਚੀਕਾਂ ਮਾਰਦੀ ਰਹਿੰਦੀ ਆ ਸਾਡੇ ਆਂਢ ਗੁਆਂਢ ਚ ਹੀ ਪੁੱਛ ਲਿਓ ਭਾਵੇਂ ਮੈਂ ਸੋਚਿਆ ਇਹ ਚੀਕ ਮਾਰਦੀ ਫਿਰ ਮੈਨੂੰ ਉਹਨੇ ਆਪ ਦੱਸਿਆ ਆਣ ਕੇ ਕਿ ਮੈਂ ਇੱਦਾਂ ਇੱਦਾਂ ਕਰਕੇ ਮਾਰਤੀ ਮੈਂ ਉਹਨੂੰ ਦੇਖਦਾ ਸੀ ਆਲੇ ਦੁਆਲੇ ਹੁੰਦੇ ਨੇ ਮੈਨੂੰ ਦੱਸਿਆ ਮੇਰੇ ਭਰਾ ਨੇ ਮੈਨੂੰ ਦੱਸਿਆ ਕੀ ਨਾਂ ਉਹਦਾ ਰਜਿੰਦਰ ਕੁਮਾਰ। ਇਸੇ ਤਰ੍ਹਾਂ ਮ੍ਰਿਤਕਾ ਦੀ ਭੈਣ ਰੀਨਾ ਅਤੇ ਉਸਦੇ ਪਿਓ ਕਿਸ਼ਨ ਚੰਦ ਨੇ ਆਖਿਆ ਕਿ ਕਤਲ ਕਰਨ ਵਾਲਾ ਉਹਨਾਂ ਦੇ ਗੁਆਂਢ ਵਿੱਚ ਰਹਿੰਦਾ ਹੈ ਅਤੇ ਰਿਸ਼ਤੇ ਵਿੱਚ ਉਹਨਾਂ ਦਾ ਭਾਣਜਾ ਲੱਗਦਾ ਹੈ। ਉਹਨਾਂ ਆਖਿਆ ਕਿ ਕਤਲ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਬੁੜੀ ਤਾਂ ਬੜੀ ਮਜ਼ਬੂਤ ਸੀ, ਪਤਾ ਨਹੀਂ ਇਹਨਾਂ ਨੇ ਜ਼ਾਲਮਾਂ ਨੇ ਕਿੱਦਾਂ ਉਹ ਸੱਦੀ ਘਰੋਂ ਕਢਾਈ, ਕਿੱਦਾਂ ਕੀ ਕੀਤਾ ਉਹਦੇ ਨਾਲ ਸਮਝ ਨਹੀਂ ਲੱਗੀ ਕੁਛ ਵੀ। ਪਰ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੋਤੀ ਮਾਰ ਕੇ ਪੇਟੀ ਛੱਡ ਦਿੱਤਾ। ਮੈਂ ਗੱਲ ਨੀ ਮੰਨੀ, ਮੈਂ ਸਦਾਈ ਆ ਮੁੜ ਗਿਆ ਅੰਦਰ ਫੋਲਿਆ ਆ ਫੋਲਿਆ ਜੀ ਲਈ ਪੇਟੀ ਖੋਲੀ, ਪੇਟੀ ਦੇ ਥੱਲੇ ਕੱਪੜੇ ਉਹ ਥੱਲੇ ਨੱਪੀ ਸੀ। ਉਧਰ ਜਦੋਂ ਇਸ ਸੰਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ਤੇ ਪੁੱਜੇ ਥਾਣਾ ਟਾਂਡਾ ਦੇ ਮੁਖੀ ਮਲਕੀਤ ਸਿੰਘ ਨੇ ਆਖਿਆ ਕਿ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਸਾਨੂੰ ਅੱਜ ਸਲਾਹ ਮਿਲੀ ਸੀ ਪਿੰਡ ਬੋਦਲਪੁਰ ਦੇ ਵਿੱਚ ਇੱਕ ਲੜਕੀ ਜਿਹੜੀ ਉਹਨੂੰ ਕਤਲ ਕਰਕੇ ਤੇ ਉਹਦੀ ਲਾਸ਼ ਜਿਹੜੀ ਪੇਟੀ 'ਚ ਪਈ ਹੋਈ ਆ ਅਤੇ ਅਸੀਂ ਮੌਕੇ 'ਤੇ ਆ ਕੇ ਇੱਥੇ ਜਾਂਚ ਪੜਤਾਲ ਕੀਤੀ ਆ ਅਤੇ ਜਿਹੜੀ ਲੜਕੀ ਆ ਉਹਨੂੰ ਮਾਰ ਕੇ ਅਤੇ ਪੇਟੀ ਦੇ ਵਿੱਚ ਸੁੱਟਿਆ ਹੋਇਆ ਸੀ। ਅਸੀਂ ਉਹਦੀ ਲਾਸ਼ ਕੱਢ ਕੇ ਅਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਆ, ਬਾਕੀ ਤਫਤੀਸ਼ ਕਰਕੇ ਜੋ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇ। ਦੱਸ ਦਈਏ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਹਮਦਰਦ ਟੀਵੀ।